ਕੱਲੇ ਕੇ ਜਨਾਬ ਜਿਹੜੇ ਮੇਰੇ ਭਰਾ ਦੇ ਕਾਤਲ ਨੇ ਨਾ ਉਹਨਾਂ ਦੀ ਐਸ ਟਾਈਮ 14 ਵਜੇ ਨੂੰ ਉਹਨਾਂ ਦੇ ਉਹਨਾਂ ਦੇ ਪਗਾਮ ਆਂਦੇ ਨੇ ਸਾਨੂੰ ਇਨਾਮ ਕਿਸ ਕਿਸਮ ਦੇ ਆਂਦੇ ਨੇ ਪਗਾਮ ਆਂਦੇ ਨੇ ਕਿ ਭਈ ਗਲਤੀ ਕਰ ਬੈਠੇ ਹਾਂ ਮਾਫੀ ਦੇ ਦਿਓ ਇਹਨਾਂ ਜ਼ਾਲਿਮਾਂ ਨੇ ਜ਼ੁਲਮ ਕੀਤਾ ਔਰ ਇੰਤਹਾਜ਼ ਜ਼ੁਲਮ ਕੀਤਾ ਇਹਨਾਂ ਦੀ ਇਹਨਾਂ ਨੂੰ ਅੱਲਾ ਦੀ ਜ਼ਾਤ ਤੋਂ ਬਿਲਕੁਲ ਖੌਫ ਨਾ ਆਇਆ ਨਾ ਡਰ ਲੱਗਾ ਕਿ ਯਾਰ ਅਸੀਂ ਕੀ ਕਰ ਰਹੇ ਹਾਂ ਇੱਕ ਐਡਾ ਸੋਹਣਾ ਬੱਚਾ ਹੈ ਤੇ ਚਲੋ ਮੌਕਾ ਹੀ ਦੇ ਦिए ਕਿ ਯਾਰ ਲੇਕਿਨ ਸਾਡੀ ਵੀ ਇੱਕ ਸ਼ਰਾਦ ਹੈ ਉਹਨੇ ਕਿਹਾ ਜੀ ਉਹ ਕੀ ਮੇਰੇ ਭਰਾ ਦੇ ਪੈਟਰੋਲ ਪਾ ਕੇ ਅੱਗ ਲਾਈ ਮੈਂ ਵੀ ਇਹਨਾਂ ਦੇ ਪੈਟਰੋਲ ਪਾਣਾ ਤੇ ਤੀਲੀ ਖਿੱਚ ਦੇਣਾ ਬਚ ਗਏ ਤੇ ਨਸੀਬ ਇਹਨਾਂ ਦੇ ਮਰ ਗਏ ਤੇ ਅੱਲਾ ਦਾ ਹੁਕਮ ਜੀ ਬੀਵੀ ਨੇ ਇਸ ਦੇ ਬੱਚੇ ਦੇ ਨਾਲ ਕਿਵੇਂ ਰਿਲੇਸ਼ਨ ਕਿਉਂ ਬਣਾਇਆ ਬਿਲਕੁਲ ਦੇਖੋ ਜੀ ਉਹਦਾ ਘਰ ਹੀ ਗੰਦਾ ਸੀ ਤੁਸੀਂ ਸਮਝਦੇ ਹੋ ਕਿ ਜੀ ਇਹਨਾਂ ਨੂੰ ਸਜ਼ਾਏ ਮੌਤ ਤੋਂ ਇਲਾਵਾ ਕੋਈ ਹੋਰ ਸਜ਼ਾ ਨਹੀਂ ਹੋ ਸਕਦੀ ਇਨਸ਼ਾਅੱਲਾ ਤਾਲਾ ਅੱਲਾ ਦੇ ਹੁਕਮ ਦੇ ਨਾਲ ਸੋਹਣੇ ਨਬੀ ਦੇ ਸਦਕੇ ਇੰਜ ਹੀ ਹੋਏਗਾ ਜਦੋਂ ਉਹਨਾਂ ਨੇ ਪੈਟਰੋਲ ਪਾ ਕੇ ਅੱਗ ਲਾਈ ਜਿੰਦੇ ਨੂੰ ਜਲਾਇਆ ਕਿਉਂਕਿ ਜੋ ਸਾਹ ਸਨ असलम नाजरीन मैं हूँ ए डी मलिक रईस केस के हवाले से काफ़ी अरसे बाद और बहुत सारे लोगों के जो सवाल थे बहुत सारे लोग मुझसे राबता करके मुझसे पूछते पूछते थे कि हमें रईस केस के हवाले से कोई नई पेशर जो हुई है उसके बारे में आगा करें जैसा कि नाजरीन आपको मालूम था कि मैं कुछ अरसे के लिए मंजर से इसलिए गायब था कि मैं उम्रे की शादत हासिल करने के लिए सऊदी अरब गया हुआ था और जैसे मैं वापस आया हूँ और कुछ दोस्तों ने मुझसे पर्सनली रबता किया वहाँ सऊदी अरब में भी मुझे जो रईस केस के हवाले से जो लोग जुड़े हुए थे जिन लोगों ने लम्हा बल्मा मेरी वीडियोस को देखा और इस केस को बड़ी संजीदगी के साथ देख रहे थे उन लोगों ने भी मुझसे राबता किया और मुझसे ये वादा लिया कि आप जैसे पाकिस्तान जाएंगे तो सबसे पहले जो आपकी वीडियो होगी वो रईस केस के हवाले से होगी यकीन ये आपका राइट है और अगर पहले दिन से मैं आपको हकीकत से आगाह कर रहा था तो यकीन आपका ये हक बनता था कि जो भी पेश रफ्त हुई है आज के दिन तक वो आपके साथ शेयर की जाए तो एक बार फिर मेरे साथ रईस के भाई मौजूद हैं उनसे बात करते हैं उनसे जानने की कोशिश करते हैं कि केस अब कहाँ तक पहुँचा है क्या अदालती ट्रायल शुरू हो चुका है क्या मुलजमान पेशी पर आते हैं मुलजमान की जानब से क्या इकदाम किए जा रहे हैं सब कुछ इन्हीं की जबानी जानते हैं सर बहुत शुक्रिया एक बार फिर आपका आपने मुझे दावत दी और क्या बना अब तक केस का क्योंकि मैं आपको पता है पिछले एक माह से जो था वो रे में नहीं था तो ਆਪਸੇ ਲੋਕ ਜਾਨਣਾ ਚਾਹਤੇ ਹਨ ਮੁਝੇ ਵੀ ਆਪ ਕੇਸ ਕੇ ਹਵਾਲੇ ਸੇ ਬਤਾਏ ਔਰ ਨਾਜ਼ਰੀਨ ਕੋ ਵੀ ਬਤਾਏ ਗੱਲ ਇਹ ਹੈ ਕਿ ਜਨਾਬ ਜਿਹੜੇ ਮੇਰੇ ਭਰਾ ਦੇ ਕਾਤਲ ਨੇ ਨਾ ਉਹਨਾਂ ਦੀ ਇਸ ਟਾਈਮ 14 ਵਜੇ ਨੇ ਉਹਨਾਂ ਦੇ ਅੱਛਾ ਅੱਲਾਹ ਦੀ ਮਿਹਰਬਾਨੀ ਦੇ ਨਾਲ ਕਿਸ ਤਰ੍ਹਾਂ ਕਿ ਉਹਨਾਂ ਦੇ ਪਗਾਮ ਆਂਦੇ ਨੇ ਸਾਨੂੰ ਪਗਾਮ ਕਿਸ ਕਿਸਮ ਦੇ ਆਂਦੇ ਨੇ ਪਗਾਮ ਆਂਦੇ ਨੇ ਕਿ ਭਈ ਗਲਤੀ ਕਰ ਬੈਠੇ ਮਾਫੀ ਦੇ ਦਿਓ ਬੜੀ ਇੱਕ ਨਾ ਤਰਲੇ ਨਾਲ ਮੈਂ ਉਹਨਾਂ ਨੂੰ ਇਹ ਗੱਲ ਕੀਤੀ ਮੈਂ ਕਿਹਾ ਅੱਛਾ ਸਰ ਮੈਨੂੰ ਤੁਸੀਂ ਇਹ ਦੱਸੋ ਕਿ ਪੇਗਾਮ ਜਿਹੜੇ ਆ ਰਹੇ ਨੇ ਇਹ ਫਰਾਨ ਦੀ ਫੈਮਿਲੀ ਦੀ ਤਰਫੋਂ ਆ ਰਹੇ ਨੇ ਕਿ ਆਮਨਾ ਦੀ ਫੈਮਿਲੀ ਦੀ ਤਰਫੋਂ ਆ ਰਹੇ ਮੈਂ ਤੁਹਾਨੂੰ ਦੋਨੋਂ ਦੀ ਦੱਸਣਾ ਵਾ ਕਿਉਂਕਿ ਦੋਵੇਂ ਇੰਜ ਪਾੜ ਗਏ ਜਿਵੇਂ ਪਕਾਨਾ ਨਹੀਂ ਪਾੜਦਾ ਅੱਛਾ ਹਵਾ ਅਲੱਦਾ ਹੋ ਗਈ ਤੇ ਪਕਾਨਾ ਅਲੱਦਾ ਹੋ ਗਿਆ ਇਹ ਕਿਵੇਂ ਹੋਇਆ ਜੀ ਇਹ ਅੱਲਾਹ ਦੀ ਰਹਿਮਤ ਹੋਈ ਏ ਸਾਡੇ ਤੇ ਸਾਡੇ ਭਰਾ ਤੇ ਅੱਲਾਹ ਦੀ ਰਹਿਮਤ ਹੋਈ ਏ ਕਿਉਂ ਕਿ ਇਹਨਾਂ ਜ਼ਾਲਿਮਾਂ ਨੇ ਜ਼ੁਲਮ ਕੀਤਾ ਔਰ ਇੰਤਹਾਜ਼ ਜ਼ੁਲਮ ਕੀਤਾ ਇਹਨਾਂ ਦੀ ਇਹਨਾਂ ਨੂੰ ਅੱਲਾ ਦੀ ਜ਼ਾਤ ਤੋਂ ਬਿਲਕੁਲ ਖੌਫ ਨਾ ਆਇਆ ਨਾ ਡਰ ਲੱਗਾ ਕਿ ਯਾਰ ਅਸੀਂ ਕੀ ਕਰ ਰਹੇ ਆ ਇੱਕ ਐਡਾ ਸੋਹਣਾ ਬੱਚਾ ਹੈ ਤੇ ਚਲੋ ਮੌਕਾ ਹੀ ਦੇ ਦिए ਕਿ ਯਾਰ ਨਹੀਂ ਘਾਰ ਹੀ ਉਹਨਾਂ ਨੇ ਕਚਹਿਰੀ ਲਾ ਲਈ ਆਪ ਹੀ ਉਹ ਜੱਜ ਬਣ ਗਏ ਆਪ ਹੀ ਉਹਨਾਂ ਨੇ ਠਾਣਾ ਇਸਤੇਮਾਲ ਕੀਤਾ ਯਾਨੀ ਕਿ ਸਮਝ ਲਓ ਕਿ ਆਪ ਹੀ ਬਾਛਾ ਬਣ ਗਏ ਉਸ ਟਾਈਮ ਬਹਰ ਹਾਲ ਉਹਨਾਂ ਨੂੰ ਅਗਲੇ ਵਕਤ ਦਾ ਨਹੀਂ ਨਾ ਪਤਾ ਸੀ ਕਿ ਵੀ ਇਹਦੇ ਕੀ ਬੀਤੇਗੀ ਹੁਣ ਜਿਹੜਾ ਫਰਾਂ ਹੈ ਨਾ ਉਹਨੇ ਕੀ ਕੀਤਾ ਕਿ ਉਹਨੇ ਰੁਗਮਾਨ ਨੂੰ ਕਿਹਾ ਕਿ ਭਈ ਤੂੰ ਆਪਣੇ ਕੋਈ ਯਾਰ ਦੋਸਤ ਜਾਂ ਜਿਸ ਤਰ੍ਹਾਂ ਵੀ ਤੱਲਕ ਆ ਲਿਆ ਨਾ ਕਿ ਉਹਨਾਂ ਦੇ ਰੈਫਰ ਨਾਲ ਇਹਨਾਂ ਨੂੰ ਕਾਰਪੈਚਪ ਕਰਵਾਇਆ ਇਹਨਾਂ ਦਾ ਕਿਸ ਤਰ੍ਹਾਂ ਕੋਈ ਮਾਫੀ ਖਲਾਫੀ ਹੁੰਦੀ ਜਾਂ ਕੀ ਕਹਿੰਦੇ ਨੇ ਸੁਣਾ ਆਇਆ ਮੇਰੇ ਕੋਲ ਉਹਨਾਂ ਨੇ ਕਿਹਾ ਜੀ ਭਾਈ ਜੀ ਦਵਾਸ ਲਾਮ ਹੋਈਏ ਬੈਠੇ ਆ ਉਹਨੇ ਕਿਹਾ ਭਾਈ ਨਾ ਅਸੀਂ ਆਏ ਆ ਤੁਹਾਡੇ ਕੋਲ ਇਲਤਜਾ ਲੈ ਕੇ ਮੈਂ ਕਹਾਂ ਜੀ ਹੁਕਮ ਕਰੋ ਭਾਈ ਜੀ। ਨਾ ਕਿਹਾ ਜੀ ਅਸੀਂ ਨਾ ਆਏ ਆ ਕਿ ਤੁਸੀਂ ਵਾਇ ਲੀਲਾ ਉਹਨਾਂ ਨੂੰ ਮਾਫ ਕਰ ਦਿਓ। ਮੈਂ ਕਹਾਂ ਜੀ ਕਿੰਨਾਂ ਨੂੰ? ਜੀ ਫਰਾਂ ਨੂੰ ਤੇ ਫਰਾਂ ਦੇ ਘਰ ਵਾਲਿਆਂ ਨੂੰ। ਕਿਉਂਕਿ ਨਸੇ ਨੇ ਜਾ ਰਹੀ, ਟਾਲੇ ਵੱਜੇ ਨੇ ਭਜੇ ਨੇ। ਕੰਮ ਜੂ ਉਹੋ ਜਿਹਾ ਕਰ ਬੈਠੇ ਨਾ। ਬਰਬਲ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਗੱਲ ਸੁਣ ਮੇਰੀ। ਤੂੰ ਵੀ ਇਨਸਾਨ ਹੈ ਮੈਂ ਵੀ ਇਨਸਾਨ ਆ। ਮੇਰਾ ਭਰਾ ਵੀ ਇਨਸਾਨ ਸੀ ਜਿਨੇ ਮੇਰੇ ਭਰਾ ਨੂੰ ਮਾਰਿਆ ਪੈਟਰੋਲ ਪਾ ਕੇ ਅੱਗ ਲਾਈ ਉਹ ਵੀ ਇਨਸਾਨ ਇਹਨੇ ਉਹਨੂੰ ਜ਼ਿੰਦਾ ਨੂੰ ਤਸ਼ੱਦਦ ਕੀਤਾ ਨਾ ਬਿਲਕੁਲ ਮੈਂ ਕਹਿੰਦਾ ਜੀ ਐਸਾ ਜ਼ੁਲਮ ਕੀਤਾ ਅੱਲਾ ਮਾਫੀ ਦੇ ਤੌਬਾ ਦੋ ਵਾਸਤੋ ਕਫੁਰਲਾ ਇਹ ਇੱਥੇ ਦੇ ਦੁਨੀਆ ਦਾ ਮਾਮਲਾ ਤੇ ਇਹ ਅੱਲਾ ਦੇ ਹੁਕਮ ਦੇ ਨਾਲ ਅੱਗੇ ਵੀ ਰੋਲਣਗੇ ਹਾਂਜੀ ਇਨਸ਼ਾ ਅੱਲਾ ਮੇਰਾ ਦਿਲ ਆਂਦਾ ਮੇਰਾ ਦਿਲ ਆਂਦਾ ਜਦੋਂ ਮੈਂ ਆਪਣੇ ਟੈਰਸ ਤੇ ਖਲੋ ਕੇ ਕਬਰਸਤਾਨ ਨੂੰ ਉਹਨੂੰ ਛਾਤੀ ਕਰ ਮਾਰਨਾ ਆ ਤੇ ਮੈਂ ਉਹਨੂੰ ਵੇਹਨਾ ਤੇ ਉਹਨੂੰ ਆਪਣੇ ਆਪ ਦੇ ਵਿੱਚ ਇੱਕ ਤਸੱਵਰ ਕਰਨਾ ਨਾ ਉਹਦੇ ਨਾਲ ਤੇ ਮੈਂ ਤੇ ਨਾਲ ਗੱਲਾਂ ਕਰਨਾ ਵਾ ਮੇਰਾ ਦਿਲ ਆਂਦਾ ਮੇਰਾ ਦਿਲ ਆਂਦਾ ਇਨਸ਼ਾ ਅੱਲਾਹ ਤਾਲਾ ਅੱਲਾਹ ਦੇ ਹੁਕਮ ਦੇ ਨਾਲ ਉਹ ਜ਼ਰੂਰ ਬਦਲਾ ਲੈਗਾ ਇਹਨਾਂ ਤੋਂ ਉੱਥੇ ਵੀ ਲੈਗਾ ਅਸੀਂ ਤੇ ਇੱਥੇ ਲੈਣਦੇ ਆ ਨਾ ਉੱਥੇ ਵੀ ਇਹਨਾਂ ਦੀ ਮਾਂ ਭੈਣ ਇਕ ਹੋਏਗੀ ਅੱਲਾਹ ਦੇ ਹੁਕਮ ਨਾਲ ਕਸੀਟਣਗੇ ਇਹਨਾਂ ਨੂੰ ਅੱਛਾ ਗੱਲ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਤੂੰ ਆਇਆ ਸੁਨਾ ਲੈ ਕੇ ਠੀਕ ਹੈ ਤੂੰ ਦੱਸ ਮੈਨੂੰ ਖਾਣਾ ਪੀਣਾ ਕੀ ਹੋ ਤੈਨੂੰ ਚਾਹ ਪਲਾਈਏ ਬੋਤਲ ਬਲਾਈਏ ਰੋਟੀ ਖੁਲਾਈਏ ਉਹਨੇ ਕਿਹਾ ਨਹੀਂ ਜੀ ਅਗਰ ਤੁਸੀਂ ਸਾਡੀ ਮੰਨ ਲਵੋ ਨਾ ਤੇ ਸਭ ਕੁਝ ਤੁਹਾਡਾ ਹਾਕ ਹੋ ਗਿਆ ਮੈਂ ਕਿਹਾ ਠੀਕ ਹੈ ਮੈਂ ਕਿਹਾ ਵੀ ਅਸੀਂ ਫਿਰ ਸੁਲਾ ਅਸੀਂ ਕਰਨੇ ਆ ਲੇਕਿਨ ਸਾਡੀ ਵੀ ਇੱਕ ਸ਼ਰਤ ਹੈ ਉਹਨੇ ਕਿਹਾ ਜੀ ਉਹ ਕੀ ਮੈਂ ਕਿਹਾ ਵੀ ਮੇਰੇ ਭਰਾ ਦੇ ਪٹرول ਪਾ ਕੇ ਅੱਗ ਲਾਈ मैं भी इन्ह से पेट्रोल पाना, तो तीली खिंच देना बच गए तो नसीब इन्ह दे मर गए तो अल्लाह का हुक्म ठीक हो गया उन्हें क्या नहीं इस तरह तो नहीं होना मैं क्या बी तू उस टाइम कितने सें जिस टाइम मेरे ने नुलम करते रहे मेरे भ्रा ने वास्ते पाए होने मेरे भ्रा ने अला वास्ते पाया होना उन्होंने बच्चों का वास्ता पाया होना उन्होंने उन्हें कई कस्म दीतिया हो ਕਰਲੇ ਕੀ ਸੀ ਆਉਣਗੇ ਮਿੰਤਾ ਕੀ ਸੀ ਆਣਗੀਆਂ ਮੈਂ ਕਿਹਾ ਵੀ ਉਹ ਨਹੀਂ ਮੰਨੇ ਨਾ ਇਹ ਜੀ ਨਹੀਂ ਮੰਨੇ ਕਿ ਮੈਂ ਕਹ ਮੰਨਣਾ ਅਸੀਂ ਵੀ ਨਹੀਂ ਅੱਲਾ ਦੇ ਹੁਕਮ ਨਾਲ ਹਾਂ ਇਹ ਗਿਆ ਕਿ ਅੱਲਾ ਤਾਲਾ ਕਿਸੇ ਵਕਤ 10 ਸਾਲ 12 ਸਾਲ 20 ਸਾਲ 25 ਸਾਲ ਬਾਅਦ ਅਗਰ ਦਿਲ ਦੇ ਵਿੱਚ ਕੋਈ ਅਸੀਂ ਹੁਬ ਪਾ ਦੇਵੇ ਕਿ ਚਲੋ ਇਹਨਾਂ ਨੂੰ ਮਾਫ ਕਿਉਂਕਿ ਦੇਖੋ ਜੀ ਦਿਲਾਂ ਦੇ ਪਿੱਛੇ ਰੱਬ ਜਾਣਦਾ ਨਾ ਅਸੀਂ ਕੌਣ ਹੁੰਨੇ ਆ ਲੇਕਿਨ ਇਸ ਟਾਈਮ ਮੌਜੂਦਾ ਜੋ ਮਾਮਲਾ ਚੱਲ ਰਿਹਾ ਅਸੀਂ ਮਾਫੀ ਨਹੀਂ ਦੇ ਸਕਦੇ ਨਾ ਹਾਗੂ ਬੱਕਤ ਆਏਗਾ ਗੂ ਟਾਈਮ ਆਏਗਾ ਹੋ ਸਕਦਾ ਨਹੀਂ ਵੀ ਹੋ ਸਕਦਾ ਤੇ ਹੋ ਵੀ ਸਕਦਾ ਕਿ ਅੱਲਾਹ ਤਾਲਾ ਸਾਡੇ ਦਿਲ ਨੂੰ ਮਾਮ ਕਰ ਦੇ ਕਿ ਚਲੋ ਇਹ ਇਹਨਾਂ ਨੂੰ ਮਾਫ ਕਰ ਦੋ ਹੋ ਸਕਦਾ ਮਾਫ ਕਰ ਦਈਏ ਲੇਕਿਨ ਕਾਨੂੰਨ ਤੇ ਮਾਫ ਨਹੀਂ ਨਾ ਕਰ ਸਕਦਾ ਜਿੱਡਾਂ ਵੱਡਾ ਉਹਨਾਂ ਜ਼ੁਲਮ ਕੀਤਾ ਹੈ ਦੇਖੋ ਜੀ ਕਾਨੂੰਨ ਨੇ ਤੇ ਕਾਨੂੰਨ ਨੇ ਤੇ ਆਪਣੇ ਸਮਝ ਲਓ ਉਹਨਾਂ ਨੇ ਆਪਣਾ ਪੂਰਾ ਇੱਕ ਫਾਰਮੈਲਟੀ ਪੂਰੀ ਕਰਨੀ ਕਿਉਂਕਿ ਜਿਹੜੇ ਸੀਟ ਤੇ ਬੈਠੇ ਨੇ ਜਿਹੜੇ ਕੁਰਸੀਆਂ ਤੇ ਬੈਠੇ ਨੇ ਐਵੇਂ ਨਹੀਂ ਬੈਠੇ ਤਣਾਹਾਂ ਲੈਂਦੇ ਨੇ ਬੇਲੀ ਉਹਨਾਂ ਨੇ ਫੈਸਲੇ ਕਰਨੇ ਨੇ ਅਗਰ ਉਲਟ ਫੈਸਲਾ ਕਰਨਗੇ ਗਲਤ ਫੈਸਲਾ ਕਰਨਗੇ ਇਥੇ ਵੀ ਦੇਨਦਾਰ ਦੇ ਅੱਗੇ ਵੀ ਦੇਨਦਾਰ ਰੱਬ ਦੇ ਵੀ ਦੇਨਦਾਰ ਜਿਸ ਬੱਚੇ ਨਾਲ ਸਾਡੇ ਨਾਲ ਜ਼ਿਆਤੀ ਹੋਈ ਹੈ ਉਹਦੇ ਵੀ ਦੇਨਦਾਰ ਕਿਉਂ ਕਿ ਅਗਰ ਉਹ ਢੰਡੀ ਮਾਰਨ ਦੇ ਠੀਕ ਹੈ ਨਾ ਬਾਕੀ ਨਹੀਂ ਗੱਲ ਆਮਨਾ ਦੇ ਘਰ ਵਾਲਿਆਂ ਨੇ ਵੀ ਕੋਈ ਰਾਬਤਾ ਕੀਤਾ ਤੁਹਾਡੇ ਨਾਲ ਨਹੀਂ ਉਹ ਬਿਲਕੁਲ ਉਧਰੋਂ ਵੀ ਸਾਨੂੰ ਸੁਣਾ ਆਇਆ ਤਾਂ ਮੈਂ ਕਿ ਦੱਸ ਚੁੱਕਿਆ ਆਂ ਕਿ ਇੰਜ ਪਾਟ ਨੇ ਜਿਵੇਂ ਗੁਬਾਰਾ ਪਾੜਦਾ ਪਾਟਣ ਦੀ ਇਹਨਾਂ ਦੀ ਵਜੂਹਾਤ ਕੀ ਹੈ ਕਿਉਂ ਪਾਟੇ ਨੇ ਕਿਸ ਵਜ੍ਹਾ ਤੋਂ ਵਜਵਾਦ ਹੈਗੀ ਜੇ ਜੋ ਮੇਰਾ ਤਿਰਭਾ ਆਂਦਾ ਨਾ ਵਜਵਾਦ ਹੈਗੀ ਏ ਕਰ ਤੇ ਬੈਠੇ ਤੇ ਪਛਤਾਣ ਲੱਗ ਪਏ ਕੀਤਾ ਤੇ ਪਛਤਾਇਆ ਫਾਇਦਾ ਕੀ ਉਹਦਾ ਇਹ ਉਹਨਾਂ ਨੂੰ ਪਹਿਲੇ ਸੋਚਣਾ ਚਾਹੀਦਾ ਸੀ ਕਿ ਬਈ ਆਮਨਾ ਬੁਲਾਉਂਦੀ ਰਹੀ ਇਸ ਨੂੰ ਠੀਕ ਹੈ ਔਰ ਆਮਨਾ ਰਹਿਸ ਨਾਲ ਤਲਾਕ ਹੈ ਉਹ ਬੁਲੰਦੀ ਤੇ ਫਰਾ ਆਪਣਾ ਜਿਹੜਾ ਮੇਰਾ ਭਰਾ ਫਰਾ ਆਪਣਾ ਰੈਸ ਰਾਣਾ ਰੈਸ ਸਾਹਿਬ ਆਂਦੇ ਨੇ ਇਸ ਤਰ੍ਹਾਂ ਕਿਦਾ ਦਿਲ ਕਰਦਾ ਜੇ ਤੁਸੀਂ ਹੋ ਮੇਰੇ ਕੋਲ ਆਏ ਹੋ ਤੁਸੀਂ ਆਪਣੇ ਆਪ ਤੇ ਨਹੀਂ ਨਾ ਆਏ ਮੈਂ ਤੁਹਾਨੂੰ ਆਪ ਅੰਦਰ ਲੈ ਕੇ ਆਇਆ ਨਾ ਕਿ ਆਓ ਜੀ ਅੰਦਰ ਬੈਠਣਾ ਹੈ ਐਸੇ ਹੀ ਹੈ ਨਾ ਅਕਲਮੰਦ ਵਾਸੇ ਇਸ਼ਾਰਾ ਕਾਫੀ ਹੁੰਦਾ ਹੈ ਲੇਕਿਨ ਉਹ ਬਦ ਅਕਲਾ ਨਿਕਲਿਆ ਮੈਨੂੰ ਤੇ ਲੱਗਦਾ ਉਹ ਹੈਗਾ ਹੀ ਖੁਸਰਾ ਭਰਾ ਦੀ ਗੱਲ ਕਰਦੇ ਪਏ ਆ ਵੀ ਗੱਲ ਕਰਨੇ ਪਏ ਆ ਹੈ ਹੀ ਖੁਸਰਾ ਉਹਦੀ ਵਜ੍ਹਾ ਕੀ ਕਿ ਅਗਰ ਭਾਈ ਹੁੰਦਾ ਮਰਦ ਹੁੰਦਾ ਤੇ ਸੋਚ ਕੇ ਕੰਮ ਕਰਦਾ ਪਰਖ ਲੈਿੰਦਾ ਕਿ ਯਾਰੇ ਬੰਦਾ ਆਇਆ ਮੇਰੇ ਘਰ ਪਤਾ ਨਹੀਂ ਕਿੰਨੀ ਵਾਰੀ ਪਹਿਲੇ ਆਇਆ ਹੋਣਾ ਬੁਲਾਇਆ ਗਿਆ ਤੇ ਆਇਆ ਨਾ ਕਿ ਬੀ ਜ਼ਰੂਰੀ ਤੇ ਨਹੀਂਗਾ ਕਿ ਧੱਕਾ ਕੀਤਾ ਹੋਵੇ ਨੇ ਨਹੀਂ ਇੰਜ ਨਹੀਂ ਹੁੰਦਾ ਐਸਾ ਤੇ ਹੁੰਦਾ ਹੀ ਨਹੀਂ ਨਾ ਐਸਾ ਤੇ ਕਿਸੇ ਦਾ ਮਕਸਦ ਹੈ ਕਿ ਫਰਾਂਚ ਚ ਖਾਮੀਆਂ ਨੇ ਬਹੁਤ ਜ਼ਿਆਦਾ ਫਿਜ਼ੀਕਲ ਖਾਮੀਆਂ ਬਿਲਕੁਲ ਇਹ ਤੇ ਦੇਖੋ ਜੀ ਹੌਲੇ ਤੇ ਪੜਦੇ ਪਾਟਣ ਦੇ ਨੇ ਹੌਲੀ ਹੌਲੀ ਪਾਟਣਗੇ ਇਨਸ਼ਾ ਅੱਲਾਹ ਤਾਲਾ ਸਾਡੇ ਸਾਹਮਣੇ ਅੱਲਾ ਵੀ ਗਵਾਹ ਅਸੀਂ ਵੀ ਗਵਾਹ ਸਾਡਾ ਭਰਾ ਵੀ ਇਸ ਚੀਜ਼ ਦਾ ਗਵਾਹ ਹੈ ਕਿ ਕਿਹੜੀਆਂ ਨਸਲਾਂ ਚ ਨੇ ਜੋ ਸਾਨੂੰ ਨਜ਼ਰ ਆ ਰਿਹਾ ਸਾਨੂੰ ਤੇ ਹੀ ਲੱਗਦਾ ਪਿਆ ਕਿ ਖੁਸਰਾ ਅਗਰ ਭਾਈ ਹੁੰਦਾ ਤੇ ਅੱਲਾਹ ਦੀ ਮਿਹਰਬਾਨੀ ਦੇ ਨਾਲ ਇਹ ਫੈਸਲਾ ਕਰਦਾ ਭਾਈਆਂ ਵਾਲਾ ਜਿਵੇਂ ਦਾੜੀ ਰੱਖੀ ਸੀ ਮੁੱਛਾਂ ਰੱਖੀਆਂ ਨੇ ਕਿ ਯਾਰ ਇਹ ਬੱਚਾ ਤੇ ਆ ਗਿਆ ਇਹ ਪਹਿਲੂ ਕਿੰਨੀ ਵਰੀ ਆਇਆ ਮੇਰੀ بیوی ਨੇ ਇਸ ਦੇ ਬੱਚੇ ਦੇ ਨਾਲ ਕਿਵੇਂ ਰਿਲੇਸ਼ਨ ਕਿਉਂ ਬਣਾਏ ਬਿਲਕੁਲ ਦੇਖੋ ਜੀ ਉਹਦਾ ਘਰ ਹੀ ਗੰਦਾ ਸੀ ਉਹਨੇ ਇਹ ਨਹੀਂ ਸੋਚਿਆ ਉਹਨੇ ਇਹ ਵੇਖਿਆ ਕਿ ਵੀ ਮੈਂ ਇਹਨੂੰ ਨਾ ਇਹ ਹੁਣ ਆ ਗਿਆ ਤੇ ਮੈਂ ਆਪਣੇ ਹੋਸ਼ ਤੋਂ ਨਹੀਂ ਜਜ਼ਬਾਤਾਂ ਤੋਂ ਕੰਮ ਲੈਣਾ ਕਰਕੇ ਤੇ ਛੱਡ ਦੇਣਾ ਕਿਸੇ ਨੇ ਕੀ ਵੇਖਣਾ ਉਹ ਖੁਦਾ ਦੇ ਆ ਬੰਦਿਆ ਅੱਲਾਹ ਦੀ ذات ਦੇ ਵੇਖਦੀ ਪਈ ਹੈ ਨਾ ਉਥੋਂ ਤੇ ਮੈਂ ਤੁਸੀਂ ਇਹ ਦੱਸੋ ਕਿ ਪੁਲਿਸ ਹੁਣ ਮੁਕੰਮਲ ਤਾਵਨ ਕਰਦੀ ਪਈ ਹੈ ਮਲਜ਼ਮਾਨ ਦੇ ਖਿਲਾਫ ਜੋ ਉਹਨਾਂ ਨੇ ਕੋਈ ਕੇਸ ਤਿਆਰ ਕੀਤਾ ਤੁਸੀਂ ਸਮਝਦੇ ਹੋ ਕਿ ਜੀ ਇਹਨਾਂ ਨੂੰ ਸਦਾ ਹੀ ਮੌਤ ਤੋਂ ਇਲਾਵਾ ਕੋਈ ਹੋਰ ਸਜ਼ਾ ਨਹੀਂ ਹੋ ਸਕਦੀ ਇਨਸ਼ਾ ਅੱਲਾਹ ਅੱਲਾਹ ਦੇ ਹੁਕਮ ਦੇ ਨਾਲ ਸੋਹਣੇ ਨਬੀ ਦੇ صدقے ਇੰਜ ਹੀ ਹੋਏਗਾ ਇਹਨਾਂ ਨੂੰ ਇਹ ਤਖਤੇ ਤੇ ਰਹਿਣਗੇ ਗੱਲ 'ਚ ਫੰਦਾ ਹੋਏਗਾ ਇਹਨਾਂ ਦੇ ਤੇ ਅੱਲਾਹ ਦੇ ਹੁਕਮ ਦੇ ਨਾਲ ਥਲੋ ਖਿੱਚਿਆ ਜਾਏਗਾ ਇੰਜ ਹੀ ਹੋਏਗਾ ਇਨਸ਼ਾ ਅੱਲਾਹ ਤਾਲਾ ਸੋਹਣੇ ਨਬੀ ਦੇ ਸਦਕੇ ਕਿਉਂਕਿ ਸਾਡੇ ਬੱਚੇ ਨਾਲ ਬਹੁਤ ਜ਼ਿਆਤੀ ਕੀਤੀ ਯਕੀਨ ਜਾਨੋ ਮੇਰੇ ਵਾਲ ਚੁੱਟੇ ਇੰਜ ਆਏ ਨੇ ਕਿ ਜਿਵੇਂ ਸਵਾਬ ਦਾ ਕੰਮ ਹੈ ਇੰਨੀ ਪਰੇਸ਼ਾਨੀ ਆਈ ਇੰਨੀ ਮੇਰੇ ਘਰ ਦੇ ਸਾਹਮਣੇ ਕਬਰਸਤਾਨ ਕਈ ਰਾਤਾਂ ਅਸੀਂ ਜਾਗ ਜਾ ਕੇ ਗੱਡੀਆਂ ਕਬਰਸਤਾਨ ਕਬਰਸਤਾਨ ਨਾਲ ਮੂੰਹ ਕਰਕੇ ਸੋਚਣਾ ਸਾਰੀ ਰਾਤ ਨਾਲ ਕੀ ਫਜਰ ਦਾ ਟਾਈਮ ਹੋਇਆ ਨਮਾਜ਼ ਪੜੀ ਦੁਆ ਕੀਤੀ ਅੱਲਾ ਸੋਹਣਿਆ ਆਪਣੇ ਹਬੀਬ ਦੇ ਸਦਕੇ ਸੋਹਣਿਆ ਮਾਲਕ ਰਹਿਮਤ ਕਰ ਦੇ ਜਾਂ ਸਬਰ ਦੇ ਦੇ ਸਬਰ ਹੀ ਦੇ ਦੇ ਸੋਹਣਿਆ ਇਸ ਤਰ੍ਹਾਂ ਤੇ ਅਸੀਂ ਤੇ ਅਸੀਂ ਵੀ ਲੱਗੇ ਜਾਵਾਂਗੇ ਲੇਕਿਨ ਅਲhamdulillah ਅਲhamdulillah ਕਿ ਮੇਰਾ ਮਾਬਾਪ ਘਰ ਵਾਲੇ ਜਿਨੇ ਅਲhamdulillah ਕਾਫੀ ਬਿਹਤਰ ਨੇ ਅਲhamdulillah ਤੁਸੀਂ ਪੂਰੀ ਉਮੀਦ ਹੋ ਕਿ ਇਨਸ਼ਾ ਅੱਲਾ ਇਹਨਾਂ ਮੁਲਜ਼ਮਾਂ ਨੂੰ ਜਿਹੜੇ ਗਏ ਨਾ ਉਸ ਦਾ ਇਹ ਮੌਤ ਹੀ ਮਿਲੇ ਇਨਸ਼ਾ ਅੱਲਾ ਤਾਲਾ ਜੀ ਦੇਖੋ ਸਭ ਤੋਂ ਵੱਡੀ ਗੱਲ ਹੈ ਮਲਕ ਸਾਹਿਬ ਕਿ ਅਸੀਂ ਜਿਹੜੇ ਸਾਡੇ ਜੱਜ ਸਾਹਿਬ ਨੇ ਜਿੰਨਾ ਕੋਲ ਸਾਡਾ ਫੈਸਲਾ ਜਾਣਾ ਅਸੀਂ ਉਹਨਾਂ ਤੇ ਬਹੁਤ ਉਮੀਦ ਰੱਖਨੇ ਆ ਉਸ ਤੋਂ ਬਾਅਦ ਅੱਲਾਹ ਦੀ ਜ਼ਾਤ ਤੇ ਉਮੀਦ ਰੱਖਨੇ ਆ ਕਿਉਂ ਉੱਤੇ ਅੱਲਾਹ ਦੇ ਥੱਲੇ ਜੱਜ ਉਹਨੇ ਜੋ ਕਹਿਣਾ ਉਂਜੀ ਹੋਣਾ ਲੇਕਿਨ ਹੋਣਾ ਉਂਜੀ ਜੋ ਅੱਲਾਹ ਦਾ ਹੁਕਮ ਹੋਏਗਾ ਲੇਕਿਨ ਅਗਰ ਜੱਜ ਸਾਹਿਬ ਅੱਲਾਹ ਦੀ ਮਿਹਰਬਾਨੀ ਦੇ ਨਾਲ ਹਲਾਲੀ ਹੋਏ ਨਾ ਤੇ ਫਿਰ ਮੈਨਾਂ ਸਵਾਦ ਆ ਜਾਏਗਾ ਕੋਨ ਨੂੰ ਵੀ ਪਤਾ ਹੋਏਗਾ ਕਿ ਵੀ ਇਹ ਜ਼ਿਆਤੀ ਕੀਤੀ ਐਡਾ ਸੋਹਣਾ ਬੱਚਾ ਸੀ ਇਹ ਜ਼ੁਲਮਾਂ ਨੇ ਇਹਨਾਂ ਨੇ ਇਹਨਾਂ ਦਾ ਬੇੜਾ ਕਰ ਅੱਲਾ ਕਰੇ ਇਹਨਾਂ ਨੇ ਇੰਨਾ ਜ਼ੁਲਮ ਕੀਤਾ ਬੱਚੇ ਦੇ ਪੈਟਰੋਲ ਪਾ ਕੇ ਅੱਗ ਲਾ ਦਿੱਤਾ ਫਿਰ ਮੈਂ ਤੁਹਾਨੂੰ ਅੱਗੇ ਵੀ ਦੱਸ ਚੁੱਕਿਆ ਵਾਂ ਮੇਰੇ ਭਰਾ ਦੇ ਵਿੱਚ ਉਦੋਂ ਸਾਹ ਹੈਗੇ ਸਨ ਜਦੋਂ ਇਹਨਾਂ ਨੇ ਪੈਟਰੋਲ ਪਾਇਆ ਜਿੰਦਾਂ ਨੂੰ ਅੱਗ ਲੱਗੀ ਗਈ ਕਿਉਂ ਜਦੋਂ ਬੰਦਾ ਮਰ ਜੇ ਉਹਦਾ ਖੂਨ ਨਹੀਂ ਨਿਕਲਦਾ ਉਹਦਾ ਖੂਨ ਨਿਕਲਿਆ ਸੀ ਜਦੋਂ ਉਹਨਾਂ ਨੇ ਪੈਟਰੋਲ ਪਾ ਕੇ ਅੱਗ ਲਾਈ ਜਿੰਦੇ ਨੂੰ ਜਲਾਇਆ ਕਿਉਂਕਿ ਸਾਹ ਸਨ ਫਿਰ ਇਹਨਾਂ ਨੇ ਇਹ ਦੇਖੋ ਜੀ ਜਦੋਂ ਇਨਸ਼ਾ ਅੱਲਾਹ ਤਾਲਾ ਟ੍ਰਾਇਲ ਚੱਲੇਗਾ ਅਸੀਂ ਦਾਲਚ ਜਾਵਾਂਗੇ ਬਸ ਇਹ 23 ਤਰੀਕ ਦਸੀ ਉਹਨਾਂ ਨੇ ਠੀਕ ਹੈ ਜਿਹੜਾ ਸਾਡਾ ਅ ਅਫਸਰਾਨ ਨੇ ਤਸ਼ਵੀਸ਼ੀ ਜਿਹੜਾ ਸਾਡਾ ਜਿਹੜਾ ਕੋ ਸਾਡਾ ਕੇਸ ਹੈਗਾ ਉਹ ਮਾਸ਼ਾ ਅੱਲਾਹ ਅੱਲਾਹ ਪਾਕ ਉਹਨੂੰ ਲੰਮੀ ਜ਼ਿੰਦਗੀ ਦੇਵੇ ਅੱਲਾਹ ਪਾਕ ਉਹਦੇ ਮਾਂ ਬਾਪ ਨੂੰ ਵੀ ਯਾਦ ਰੱਖੇ ਅਗਰ ਜ਼ਿੰਦਾ ਨੇ ਤੇ ਅੱਲਾਹ ਪਾਕ ਉਹਦੀ ਤਰੱਕੀ ਦੇਵੇ ਉਹਨੂੰ ਕਿ ਉਹ ਬੰਦਾ ਬਹੁਤ ਅੱਛਾ ਹੈ ਠੀਕ ਹੈ ਉਹ ਸਾਡੇ ਨਾਲ ਤਾਵਨ ਇੰਜ ਕਰ ਰਿਹਾ ਕਿ ਜੋ ਹੱਕ ਬੰਦਾ ਜੋ ਜਿਸ ਨਾਲ ਸਾਡੇ ਕੇਸ ਦਾ ਹੱਕ ਬੰਦਾ ਨਾ ਕਿ ਆ ਸਾਡੇ ਨਾਲ ਜਿਆਤੀ ਜੋ ਸਾਨੂੰ ਮਿਲਣਾ ਚਾਹੀਦਾ ਨਾ ਉਹ ਸਾਨੂੰ ਦੇ ਰਿਹਾ ਅਲਹਮਦੁਲਿਲਾ ਹਾਂ ਬਹੁਤ ਅੱਛਾ ਮਾਸ਼ਾ ਅੱਲਾ ਉਹਦੀ ਅੱਲਾ ਪਾਕ ਉਹਦੀ ਜਿਹੜੀ ਨਾ ਤਰੱਕੀ ਦਵੇ ਉਹਨੂੰ ਜਿਸ ਮਹਿਮੇ ਚ ਲੱਗਾ ਹੋ ਤੇ ਬਹੁਤ ਚੰਗਾ ਬੰਦਾ ਸਾਨੂੰ ਉਹਦੇ ਵੀ ਬੜੀ ਉਮੀਦ ਇਨਸ਼ਾ ਅੱਲਾ ਤਾਲਾ ਔਰ ਦੇਖੋ ਜੀ ਜੋ ਉਹਨਾਂ ਭਾਗਾਂ ਲੈਣ ਦੇਣਾ ਹੈ ਨਾ ਅੱਗੇ ਦਾਲਚ ਤੇ ਅਗੋਂ ਉਹਨਾਂ ਨੇ ਅਮਲ ਦਰਾਮਦੋਦ ਦੇ ਕਰਨਾ ਅਜੀ ਬਿਲਕੁਲ ਆਜ਼ੀਨ ਆਪਨੇ ਸਾਰੀ ਗੁਫਤਗੋ ਸੁਣੀ ਕਿ केस की जो नवीयत है वो किस तरह और कहाँ तक जा पहुँची है इनके मुताबिक जो इनका तफ्तीशी अफसर है उनके बारे में भी इनके बड़े सुनहरी हरूफ हैं और बड़ी अच्छी बातें हैं कि वो शख्स इनके साथ मुकम्मल तोन कर रहा है और जो केस में जो जिसकी सज़ा बनती है उसके मुताबिक उन्होंने केस को तैयार किया हुआ है और उम्मीद है कि इन मुलजमान को जब ट्रायल शुरू होगा जब चलान जमा होगा तो जल्द ही इन मुलजमान के ख़िलाफ़ इनको इनके जुर्म की जो सजा है उसको दी जाएगी हम उम्मीद करते हैं और आपकी दुआओं के सदके जरूर इन मुलजमान को सजाए मौत मिले इसी के साथ इजाजत चाहूँगा ने के बाद